ਮੈਨੂੰ ਲੱਗਦਾ ਪਿੰਡ 'ਚ ਘੱਟ ਹੀ ਬਣਦੀ ਹੈ ਇਹਨਾਂ ਦੀ। ਚਾਰ ਤਾਂ ਟੋਟਰੂ ਬੈਠੇ ਆ ਅਫਸੋਸ 'ਤੇ। ਗੱਲ ਤਾਂ ਤੇਰੀ ਠੀਕ ਹੈ। ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਸਰਪੰਚ ਸਾਹਿਬ ਇਸ ਦੁੱਖ ਦੀ ਘੜੀ ਵਿੱਚ ਖੁਦ ਸ਼ਾਮਿਲ ਨਹੀਂ ਹੋ ਸਕੇ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਨੇ ਆਪਣੇ ਛੋਟੇ ਭਰਾ ਜਾਣੀ ਕਿ ਛੋਟੇ ਸਰਪੰਚ ਸਾਹਿਬ ਨੂੰ ਭੇਜਿਆ ਜੀ। ਮੈਂ ਹੁਣ ਸਰਪੰਚ ਸਾਹਿਬ ਅੱਗੇ ਬੇਨਤੀ ਕਰੂੰਗਾ ਕਿ ਚਾਰ ਸ਼ਬਦ ਕਰਨੈਲ ਸਿੰਘ ਜੀ ਬਾਰੇ ਬੋਲਣ। ਬੋਲੋ ਜੀ। ਬਹੁਤ ਜ਼ਿਆਦਾ ਮਾੜਾ ਹੋਇਆ। ਇਹ ਤਾਂ ਇਹਨਾਂ ਨੂੰ ਵੀ ਪਤਾ ਵੀ ਮਾੜਾ ਹੀ ਹੋਇਆ, ਹੋਰ ਕਿਹੜਾ ਅੱਜ ਲਾਟਰੀ ਨਿਕਲੀ ਇਹਨਾਂ ਦੀ। ਕੋਈ ਹੋਰ ਸ਼ਬਦ ਬੋਲ ਚਾਰ ਇਹਨਾਂ ਵਾਸਤੇ। ਹੋਰ ਕੀ ਬੋਲਾਂ ਹੁਣ, ਬੰਦਾ ਕਿਹੋ ਜਿਹਾ ਸੀ? ਬੰਦਾ ਚਾਹੇ ਚਵਲੀ ਹੋਵੇ ਪਰ ਜਦੋਂ ਮਰ ਜਾਂਦਾ ਵਧੀਆ ਹੀ ਬੋਲਣਾ ਹੁੰਦਾ। ਹਾਂ, ਖਾਸਾ ਕੁਝ ਬੋਲਣਾ ਮਤਲਬ। ਬੰਦਾ ਦਿਲ ਦਾ ਬਹੁਤ ਸਾਫ਼ ਸੀ, ਇਹੋ ਜਿਹਾ ਬੰਦਾ ਮੈਂ ਕਦੇ ਨਹੀਂ ਵੇਖਿਆ। ਪੂਰੀ ਬੋਤਲ ਚਾੜ ਕੇ ਨਾਲੀ 'ਚ ਡਿੱਗਿਆ ਰਹਿੰਦਾ ਸੀ ਪਰ ਕਿਸੇ ਨੂੰ ਕੁਛ ਨਹੀਂ ਸੀ ਕਹਿੰਦਾ। ਆਹ ਲੰਬੜਾਂ ਦੀ ਕੁੱਤੀ ਰੋਜ਼ ਹੀ ਉਹਦਾ ਮੂੰਹ ਚੜ ਜਾਂਦੀ ਰਹੀ ਆ। ਪੁੱਛ ਲਓ ਕਦੇ ਲੰਬੜਾਂ ਦੇ ਘਰ ਲਾਮਾ ਲੈ ਕੇ ਗਿਆ ਹੋਵੇ। ਲਾਇਆ ਤਾਂ ਇਸ ਗੱਲ ਦਾ ਤਾਂ ਮੈਂ ਵੀ ਗਵਾਹ ਜੀ ਲਾ। ਪਰਸੋਂ ਚੌਥੇ ਮੈਥੋਂ ਦਾਰੂ ਵਾਸਤੇ 200 ਰੁਪਈਆ ਮੰਗਿਆ। ਸ਼ੁਕਰ ਹੈ ਰੱਬ ਦਾ ਮੈਂ 200 ਰੁਪਈਆ ਦਿੱਤਾ ਨਹੀਂ, ਨਹੀਂ ਹੁਣ ਵਿਚਾਰੇ ਪਰਿਵਾਰ ਤੋਂ ਇਹ ਕਰਜ਼ਾ ਕਿੱਥੇ ਮੁੜਨਾ ਸੀ ਮੇਰਾ। ਆਹ ਪੁੱਛ ਲਓ ਸ਼ਿੰਦਰੂ ਹੁਣਾਂ ਨੂੰ। ਆਹ ਮੇਲੇ 'ਚ ਇਹਨਾਂ ਦੀ ਕੁੜੀ ਦੇ ਚੁੰਡੀ ਵੜਤੀ, ਸ਼ਿੰਦਰੂ ਹੁਣਾਂ ਨੇ ਭਜਾ ਕੇ ਕੁੱਟਿਆ। ਮਜ਼ਾ ਲਾ ਕਿਤੇ ਸੀ ਵੀ ਕੀਤੀ ਹੋਵੇ। ਫਿਰ ਤਾਂ ਚੰਗੀ ਇੱਜ਼ਤ ਖੱਟੀ ਹੈ ਕਰਨੈਲ ਸਿੰਘ ਨੇ ਪਿੰਡ 'ਚ। ਪਿੰਡ 'ਚ 10 ਮੱਝਾਂ ਚੋਰੀ ਹੋ ਗਈਆਂ ਪਿੱਛੇ ਜਿਹੇ। ਸਾਰੇ ਪਿੰਡ ਨੂੰ ਪੂਰਾ ਮਾਣ ਤੇ ਯਕੀਨ ਸੀ ਵੀ ਚੋਰੀ ਕਰਨੈਲ ਸਿੰਘ ਨੇ ਕੀਤੀ ਹੋਊ। ਦੇਖੋ ਜੀ, ਆਪਣੇ ਬੰਦੇ ਤੇ ਮਾਣ ਹੁੰਦਾ ਵੀ ਇਹ ਨੇਕ ਕੰਮ ਸਰਦਾਰ ਕਰਨੈਲ ਸਿੰਘ ਹੀ ਕਰ ਸਕਦਾ। ਇਹ ਇੰਨਾ ਵੀ ਮਾੜਾ ਨਹੀਂ ਸੀ ਜਿੰਨੀ ਤੁਸੀਂ ਇਹਦੀ ਮਿੱਟੀ ਪੁੱਟ ਰਹੇ ਹੋ। ਦੇਖਦੇ ਕੀ ਹੋ, ਫੜੋ ਇਹਨਾਂ ਨੂੰ। ਪਹਿਲਾਂ ਇਨਕਲਾ ਦੇ ਵਿੱਚ ਨਾ ਮਾਰੀ ਕਰ ਦਿੰਦੇ। ਆਹ ਬੁੜੇ ਜੀ ਦੇਖ ਲੈ ਕਿਵੇਂ ਮਿਲਖਾ ਸਿੰਘ ਬਣੇ ਆਉਂਦੇ ਨੇ। ਬਾਬੂ ਜੀ ਬਹੁਤ ਭੁੱਖ ਲੱਗੀ ਹੈ, ਕੁਛ ਖਾਣ ਨੂੰ ਦੇ ਦੋ। ਉਹ ਤੈਨੂੰ ਕੋਈ ਦੇ ਦਈਏ, ਸਾਡੇ ਕੋਲ ਤਾਂ ਹੁਣ ਹੌਸਲਾ ਵੀ ਨਹੀਂ ਬਚਿਆ ਦੇਣ ਨੂੰ। ਇੱਥੇ ਤਾਂ ਸ਼ਗਨ ਵੀ ਪਾਉਣਾ ਪਊ। ਆਹੋ, ਹਰ ਤਾਂ ਜੁੱਤੀ ਥੋੜ੍ਹਾ ਪੈਂਦੇ, ਸ਼ਗਨ ਵੀ ਪੈਂਦੇ ਕਈ ਤਾਂ। ਕਿੰਨੇ ਕਿੰਨੇ ਪਾ ਦਈਏ? ਦੇਖ ਲੈ ਜਿੰਨੇ ਠੀਕ ਲੱਗਦੇ ਆ। ਓਹੋ, ਮੇਰੇ ਕੋਲ ਤਾਂ ਖੁੱਲ੍ਹੇ ਨਹੀਂ ਹੈਗੇ, 1000 ਦਾ ਹੈ। ਉਹ ਲਾੜਾ ਲਾੜੀ ਨੂੰ ਦੇਖ ਕਿਵੇਂ ਲੋਕਾਂ ਦੇ ਹੱਥੋਂ ਸ਼ਗਨ ਪਾਉਂਦੇ, ਉੱਥੋਂ ਲੈ ਚੱਲ। ਭਾਈ ਸਾਹਿਬ ਕਿਉਂ ਭੁੱਖ ਪਾਈ ਹੈ ਤੁਸੀਂ, ਤੁਹਾਡੇ ਹੀ ਨੇ ਸ਼ਗਨ। ਆ ਚੱਕ ਵੀ, 100 ਕੱਟ ਤੇ 900 ਮੋੜ, ਲੈਣੀ ਪੈਣੀ ਤੁਸੀਂ। 1, 2, 3, 4 ਦਸ, 20, 30, 40, 50, 60, 70, 30 ਰੁਪਏ ਘੱਟਦੇ। ਐਸ ਬੀ ਟੀ ਲਿਆ, ਕਰਜ਼ਾ ਲਾ ਦੀਏ ਇਹਨਾਂ ਦਾ। ਮੇਰੇ ਤਾਂ ਆਪ 180 ਘੱਟ ਨੇ ਨਾ। ਤੂੰ ਗੱਡੀ 'ਚ ਤੇਲ ਪਾਉਣਾ, ਲਿਆ ਫੜਾ, ਮਾਇਆ ਦਾ ਮੋਹ ਨਹੀਂ ਕਰੀਦਾ ਬਹੁਤਾ। ਬਕਵਾਸ ਬੰਦ ਕਰ, ਪਹਿਲਾਂ ਮੈਨੂੰ ਮੇਰੇ 180 ਪੂਰੇ ਕਰਕੇ ਦੇ, ਮੈਂ ਇਹਨਾਂ ਦਾ ਹਿਸਾਬ ਨਿਬੇੜਨਾ ਆ। ਲੈ, ਕੀ ਤਾਂ ਤੈਨੂੰ ਦਿੰਦੀ ਨਹੀਂ ਇਹ, ਕਰਵਾ ਚੌਥ ਸੁਭਾਵ ਨਾ ਉਤਰੇ। ਲੈ ਉਹ ਭਾਈ ਸਾਹਿਬ, ਤੂੰ ਨਾ ਪੰਗਾ ਲਈ, ਤੈਨੂੰ ਤਾਂ ਮਿੱਧ ਕੇ ਹੀ ਮਾਰ ਦੇਣਗੇ ਭੈਣ ਜੀ। ਪੱਕੀ ਗੱਲ ਹੈ ਵੀਰੇ? ਇੱਟ ਵਰਗੀ। ਹਾਂ, ਬੂਥੇ ਪਰ ਮਾਰੂ ਮੈਂ ਪਤਲੋ ਜੀ ਦੇ, ਦੰਦ ਕੱਢ ਕੇ ਰੱਖ ਦੂੰਗਾ, ਦੇਖ ਕੀ ਕਰਦੀ ਨਾ ਅਸਲ ਜੀ। ਲੈ ਭੈਣੇ,
ਇਹ ਕਰੂ ਤੇਰੀਆਂ ਰੀਝਾਂ ਪੂਰੀਆਂ, ਜਿਹੜਾ ਹੁਣੇ ਤਾਂ ਬੋਲੀ ਜਾਂਦਾ। ਨਾ ਤੂੰ ਮੈਨੂੰ ਹੱਥ ਲਾ ਕੇ ਦਿਖਾ, ਸਣੇ ਤੈਨੂੰ ਸਣੇ ਤੇਰੇ ਭੈਣਾ ਜੀਜੇ ਸਾਰੇ ਅੰਦਰ ਕਰ ਦੂੰਗੀ। ਓ ਕੀਨੇ ਆਖਿਆ ਕੁਝ ਜੀਜੇ ਨੂੰ? ਏ ਐਨੇ ਓਏ, ਖੂਨ ਦੀਆਂ ਨਦੀਆਂ ਬਹਾ ਦਾਂਗੇ, ਖੂਨ ਦੀਆਂ ਨਦੀਆਂ। ਓਏ ਇੱਥੇ ਠੋਕ ਦਾਂਗੇ ਚਾਚੇ ਤਾਏ ਫੁੱਫੜ ਨੂੰ। ਓਏ ਓਏ ਫੁੱਫੜ ਨੂੰ ਕੀਨੇ ਆਖੀ ਐ ਗੱਲ? ਪਾਂਡੀਆਂ ਦੇ ਮਾਰੂ ਪਕਾ ਕੇ ਸਾਰੇ ਨੂੰ ਫੁੱਫੜ ਨੂੰ ਕੀਨੇ ਆਖੀ ਐ ਗੱਲ? ਇੱਧਰ ਨਾ ਮਾਰਿਓ ਫੁੱਫੜ ਜੀ, ਇੱਧਰ ਮਾਰਿਓ, ਇਹਨਾਂ ਨਾਲ ਲੜਾਈ ਹੋਈ ਵੀ ਐ। ਇੱਧਰ ਮਾਰ ਦੂੰਗਾ ਫੁੱਫੜਾ, ਮੈਨੂੰ ਕਹਿੰਦਾ ਤੇਰੇ ਗਿੱਟੇ ਛਾਂਗ ਦੂੰ। ਓਏ ਓਏ, ਤੂੰ ਸਾਡੀ ਕੁੜੀ ਨੂੰ ਹੱਥ ਲਾ ਕੇ ਤਾਂ ਵੇਖ, ਟੱਕਰੇ 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 ਕਰ ਦਿਆਂਗੇ ਤੇਰੇ। ਓਏ ਸਾਡੇ ਕਿਹੜਾ ਫਿਰ ਚੂੜੀਆਂ ਪਾਈਆਂ ਨੇ? ਫਿਰ ਬੇਟਾ ਕੀ ਇੱਥੇ ਖੜਾ? ਓਏ ਓਏ ਇੱਧਰ, ਓਏ ਆ ਜਾਓ, ਫਿਰ ਚੱਕ ਲੋ ਬਣਾ ਦੋ ਇਹਨਾਂ ਦਾ ਮੋਰ। ਓਏ ਓਏ ਫੜ ਲੋ ਸਾਲੇ ਨਵੇਂ ਚੋਈਆਂ ਨੂੰ। ਉਹ ਦੇਖੀ ਲੱਡੂ ਦਾ ਬੱਚੇ ਸਿਰ ਚ।